वाहिगुरु जी का खालसा वाहिगुरु जी की फतेह। स्वागत है जी तुहाडा एक होर नवी वीडियो दे विच। आस करदा तुसी सारे चढ़दी कला विच होवोंगे जी, तंदुरुस्त होवोंगे। मेरी आवाज़ ते ना जाए, सवेर का टाइम होया जी 7 बजे आ, ते राती थोड़ी जी जिहड़ी नींद आ उह कह लो वी डामाडोल रही आ, क्योंकि जिहड़ी बोट दे विच असीं रहि रहे आ इत्थे जिथे बोट एरिया आ इत्थे सारे पासे ना लाइट चल गई, कहिंदे आम तौर ते जांदी नहीं। मैं उही हुण गल करदा पिया सीगा ते कहिंदे अज पता नहीं कहते किदा चल गई की आ। मैं क्या असीं आए हैं कुछ ना कुछ तो करना ही सी, ते बाहर निकल के आए सारी रात मीह पैंदा रहा, ठंड इन्नी हो चुकी है इत्थे, मैनूं लगता इस वेले 7-8 डिग्री टैंपरेचर आ। ते मैं इस करके उठ के आया, लाइट सी नहीं, फोन की बैटरी भी चार्ज नहीं हैगी। मैं क्या तुहानूं सवेर सवेर का व्यू दिखावां, ते उस तो बाद फिर भी उहनूं कंटिन्यू करांगे, वलॉग नूं कंटिन्यू करांगे। तो जिहड़ा हुण तुहानूं मैं व्यू दिखाऊंगा, प्लीज़ इस वलॉग के स्टार्टिंग दे विच इत्थे पॉज़ करके थले कमेंट्स कर दिओ ते वलॉग नूं लाइक कर दिओ। ਜੀ ਸਵੇਰੇ ਸਵੇਰੇ ਇੰਜੋਏ ਕਰਦੇ ਪਏ ਤੁਸੀਂ? ਹੁਣ ਕਿਤੇ ਚਾਹ ਮਿਲ ਜਾਵੇ ਨਾ ਤੇ ਮਜ਼ਾ ਆ ਜਾਵੇ। ਹੁਣ ਸਾਰੇ ਜਣੇ ਬਾਹਰ ਆ ਕੇ ਆ ਚੇਅਰ ਇੱਥੇ ਲੱਗੀ ਹੋਈ ਆ, ਤੇ ਕਿਸੇ ਨੇ ਵੀ ਵਿਊ ਦਾ ਆਨੰਦ ਲੈਣਾ ਇੱਥੇ ਬਹਿ ਕੇ ਵੀ ਲੈ ਸਕਦਾ। ਇੱਥੋਂ ਉੱਠ ਕੇ ਅੰਦਰ ਜਾਣ ਨੂੰ ਚਿੱਤੇ ਨਹੀਂ ਕਰਦਾ, ਇੰਨਾ ਸੋਹਣਾ ਵਿਊ ਆ। ਪੱਗ ਦੀ ਪੂਣੀ ਹੁਣ ਲੱਗੀ ਆ, तैयार हुई है फटाफट। चलो चलो मैडम, चलो 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 चलो, इतने तो होनी नहीं, कमरा छोटा जहा है बेचारा, इतने करने की ट्राई करते हैं। ये आओ देखो, सामने हैगा कैफेटेरिया, तो मेरे बैक साइड तुसी व्यू देख लिया। तो हुण आपां पहलां इतने ब्रेकफास्ट करना, सारे जने रेडी हो गए। पिता जी देख लो, सतवीर देख लो, मम्मी देख लो, तो मैनू भी देख लो। व्यू देखो कितना शानदार, और वैदर इतने बहुत वधिया। सवेर के 11:30 हो गए, हुण सब तो पहला आप ब्रेकफास्ट करना, तो उस तो बाद फिर टूर प्लैन करते हैं। मैं मम्मी नूं कहा सीगा, मैं कहा भी तुसी ना भारे कपड़े पा के फैशन के चक्कर दे विच ना, देखो आ जा बाहर आके कहते भी मैनूं तां पाला लगदा, फिर पाई क्यों नहीं सी, हुण क्यों पाउंदे ते फड़ियो कोटी हाथ च ऐने को खोई बाया। मैं थल्ले इनर पा के आया, पिता जी देखो शिकारा राइड करनी है जी, ब्रेकफास्ट कर लिया है, ते बस शिकारे वाले नूं कॉल कर दित्ती है, ते ओह भाई साहब कहिंदे इत्थे वेट करो मैं हुणे आउणा। ਵਲੌਗ ਨੂੰ ਜੇ ਤੁਹਾਨੂੰ ਵਿਊ ਸੋਹਣੇ ਆ ਰਹੇ ਹੈ ਨਾ ਤਾਂ ਪਲੀਜ਼ ਲਾਈਕ ਕਰਦੇ ਆ ਕਰੋ ਯਾਰ, ਬਿਨਾਂ ਮੈਨੂੰ ਕਹਿਣਾ ਨਾ ਪਵੇ, ਇਹ ਤੁਹਾਡਾ ਕੰਮ ਆ, ਤੁਸੀਂ ਇੰਨਾ ਕੁ ਕੰਮ ਤਾਂ ਕਰੋ। ਅਤੇ ਹੁਣ ਆਪਾਂ ਤੁਹਾਨੂੰ ਸ਼ਿਕਾਰਾ ਰਾਈਡ ਦੇ ਨਜ਼ਾਰੇ ਦਿਖਾਵਾਂਗੇ। ਕੀ ਹਾਲ ਚਾਲ ਰਫੀਕ ਭਾਜੀ? ਬਸ ਠੀਕ ਸਰ, ਆਪ ਸੁਣਾਓ, ਆਪ ਕੈਸੇ ਸਰ? ਬਹੁਤ ਬੜੀਆ, ਗੁੱਡ ਮਾਰਨਿੰਗ। ਗੁੱਡ ਮਾਰਨਿੰਗ ਸਰ, ਕੈਸੇ ਹੋ? ਬਸ ਠੀਕ ਸਰ। ਠੀਕ ਠਾਕ ਹੋ ਸਰ? ਹਾਂ ਸਰ। ਘਰ ਪਰਿਵਾਰ ਆਏ ਦਿਓਗੇ ਰਾਈਡ? ਰਾਈਡ ਕਰਵਾਉਂਗੇ ਫਿਰ? ਹਾਂ, ਅਭੀ ਰਾਈਡ ਕੇ ਲਈ ਜਾਏਂਗੇ ਸਰ। ਚਲੋ ਜੀ, ਪੀਸ ਮਿਸ਼ਨ ਡਿਲਕਸ ਆ ਹੈਗੀ ਜੀ ਆਪਣੀ ਸ਼ਿਕਾਰਾ, ਜਿਹਦੇ ਵਿੱਚ ਆਪਾਂ ਕਰਨੀ ਆ ਰਾਈਡ। ਅਸੀਂ ਸ਼ਾਮ ਅੱਜ ਬਸ ਜਿਹੜੀਆਂ ਸਵਾਰੀਆਂ ਆ ਉਹ ਦੇਖ ਲਓ ਵਿੱਚ ਬੈਂਦੀਆਂ ਪਈਆਂ। ਆਹ ਕੁਆਟਰ ਆਰਾਉਂਡ ਆ ਬਈ, ਠੀਕ ਆ ਆਣ ਆਣ
ਤੁਸੀਂ ਪਤਾ ਨਹੀਂ ਪਿੱਛੇ ਨੂੰ ਹੋ ਜਾਓ ਪਿੱਛੇ ਨੂੰ ਹੋ ਜਾਓ ਨਹੀਂ ਹੁਣ ਤੁਸੀਂ ਜਾਓ ਸਤਵੀਰ ਕੌਰ ਖਾਲਸਾ ਜੀ ਤੁਸੀਂ ਜਾਓ ਹਾਂਜੀ 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 ਚਲੋ ਜੀ ਮੰਮੀ ਚੀਕਾਂ ਮਾਰ ਦੇਵੇ ਅਮਾ ਇਹ ਕੰਮ ਨੀ ਚੱਲਣਾ ਹੈਗਾ ਡਰਨਾ ਨੀ ਬਈ ਜਿੱਧਰ ਮੰਮੀ ਬੈਠੇ ਉਧਰ ਨੂੰ ਏਦਾਂ ਏਦਾਂ ਕਰੀ ਜਾਂਦੀ ਅਮਾ ਤੁਹਾਨੂੰ ਭਾਰ ਤਾਂ ਹੈ ਨੀ ਇੰਨਾ ਮੇਰੀ ਬੋਟੀ ਦਾ ਭਾਰ ਪਿਤਾ ਜੀ ਐਨ ਜਰਾ ਕਿ ਨਾ ਇਹ ਹੁਣ ਦੇਖੋ ਪਿਤਾ ਜੀ ਲੱਤਾਂ ਤੁਹਾਡੀਆਂ ਪਸਾਰ ਹੋ ਗਈਆਂ ਹੁਣ ਪੜਦਾ ਪਿੱਛੇ ਨੂੰ ਕਰੋ ਬੱਲੇ ਅੱਜ ਮਜ਼ਾ ਆਊਗਾ ਪੂਰਾ ਫਨ ਹੋਊਗਾ ਪਿਤਾ ਜੀ ਉਹਨੂੰ ਉੱਪਰੋਂ ਪਿੱਛੇ ਨੂੰ ਓ ਬਾ ਬਈ ਬਾ ਓ ਵਾਹਿਗੁਰੂ ਵਾਹਿਗੁਰੂ ਕਰੋ ਵਾਹਿਗੁਰੂ ਤੇਰੀ ਪਾਈ ਜੀਤ ਹੈ ਮਾਊਂਟੇਨ ਡਿਊ ਅੱਛਾ ਡਰ ਕੇ ਆ ਕੇ ਜੀਲ ਹੈ ਅੰਕਲ ਜੀ ਫਰੂਟ ਚਾਟ ਲੈ ਕੇ ਆਏ ਪਰ ਗੱਲ ਹੈ ਕਿ ਏਦਾਂ ਸਿਰਫ 5 ਮਿੰਟ ਹੋਏ ਬ੍ਰੇਕਫਾਸਟ ਕੀਤੇ ਨੂੰ ਨਹੀਂ ਅਭੀ ਨਹੀਂ ਹਜਮ ਹੋਗਾ ਚਾਏ ਵੀ ਪੀ ਹੈ ਫਰੂਟ ਦੇਖੋ ਫਰੂਟ ਕਿੰਨਾ ਸੋਹਣਾ ਲੱਗਦਾ ਪਿਆ ਆਧਾ ਘੰਟਾ ਘੰਟਾ ਵੇਟ ਕਰਕੇ ਮੇਰੇ ਪਿੱਛੇ ਚੱਲਦੀ ਪਈ ਹੈ ਜੀ ਸ਼ੋਪਿੰਗ ਆਹ ਦੇਖ ਲਓ ਅਤੇ ਆਪਾਂ ਮੂਹਰੇ ਬਹਿ ਕੇ ਵੈਦਰ ਦਾ ਅਤੇ ਐਟਮੋਸਫੇਅਰ ਦਾ ਔਰ ਜੋ ਇੱਥੇ ਦੇ ਵਿਊ ਦਾ ਆਨੰਦ ਲੈਂਦੇ ਪਏ ਹਾਂ ਵਧੀਆ ਸੀ ਟੇਸਟੀ ਆ ਹੁਣ ਚੱਲਦੀ ਪਈ ਆ ਸਾਡੀ ਇੱਥੇ ਇਹਨੂੰ ਪਾਰਟੀ ਕਾਲੀ ਪਤਾ ਜੀ ਕੀ ਕਹਿ ਸਕਦੇ ਆ ਕੀ ਬਾਤ ਹੈ ਜੀ ਇਹ ਜੀ ਡੱਲ ਦੇ ਵਿੱਚ ਬੈਠ ਕੇ ਨਾ ਝੀਲ ਦੇ ਖਾਣ ਦੇ ਨਜ਼ਾਰੇ ਵੀ ਲੈ ਰਹੇ ਆ ਵੱਖਰਾ ਹੀ ਨਜ਼ਾਰਾ ਆ ਖਾਣ ਦੇ ਨਜ਼ਾਰੇ ਤਾਂ ਆਉਂਦੇ ਆ ਮੈਨੂੰ ਤੁਹਾਡੇ ਤਾਂ ਪਤਾ ਨਹੀਂ ਪਰ ਮੇਰੀ ਤਾਤੇ ਹੋਈ ਪਈ ਆ ਚਾਹ ਜਿਆਦਾ ਸਵਾਦ ਜਿਆਦਾ ਸਵਾਦ ਬਹੁਤ ਜਿਆਦਾ ਕਹਿੰਦੀ ਮੇਰੇ ਵਾਲੀ ਬਹੁਤ ਆ ਕੁਛ ਵੀ ਨੀ ਆ ਯਾਰ ਇਹਦੇ ਵਾਲੀ ਚਾਹ ਬਿਲਕੁਲ ਇੰਨਾ ਕੁਛ ਨੀ ਆ ਮੈਨੂੰ ਤਾਂ ਚਾਹ ਤੇਰੀ ਚਾਹ ਥੋੜੀ ਆ ਕੌਫੀ ਇੰਨਾ ਮਿੱਠਾ ਰਹਿ ਇਹਦੇ ਵਿੱਚ ਕੌਫੀ ਦੇ ਵਿੱਚ ਪਰ ਜਿਹੜਾ ਫਰੈਸ਼ ਲਾਈਮ ਸੋਡਾ ਬਣਾਇਆ ਪਤਾ ਜੀ ਮੈਨੂੰ ਵੀ ਇਹ ਵਾਕਈ ਇਹ ਚੀਜ਼ ਫੀਲ ਹੋਈ ਹੈ ਇੱਥੇ ਕਸ਼ਮੀਰ ਹਾਂਜੀ ਇੱਕ ਮਿੰਟ ਬੋਲੀਏ ਸਿੱਖਣੀ ਬੋਟ ਚਲਾਉਣੀ ਇਸ ਕੋ ਐਸੇ ਕਰੇਂਗੇ ਬਾਈ ਹਾਂ ਐਸੇ
मैं बढ़िया चलाऊंगा इससे, क्योंकि मैं गाड़ी बड़ी अच्छी चलाता हूँ ऐसा मेरे को लगता है। बोर्ड भी अच्छे चलाएंगे आप, अभी मैंने छोड़ दिया, अभी आप दोनों के हाथ में है सब कुछ। अच्छा आपने छोड़ दिया ना? मैंने छोड़ दिया। हुण वारी हैगी है जी तुहानू इत्थे दी फेमस मार्केट दिखा लैण दी, जिन्हूं कहिंदे आ जी मीना बाज़ार। मीना बाज़ार ये भी इत्थे डल लेक दे विच ही आ, पानी दे विच, जिदा इटली दे विच एक शहर वसिया होया ना विनाइस करके, उन्हूं विनेस भी कह दिंदे आ, विनाइस भी कह दिंदे आ, आपो अपने हिसाब नाल प्रोनाउंस करदे आ, ते उद्दां ही आ इह सारी जिहड़ी डल लेक आ इहदे विच ही सारी मार्केट बणी होई आ। देखो देख लो तुसी इहदे अंदर, बाहरों देखण नूं किद्दां दी लगदी सी शॉप, ते अंदर देखण नूं देखो किन्नी सोहणी लगदी पई है। घूम के तुहानूं इक वार सारा वाक अराउंड दे दिंदा मैं। ਹੁਣ ਸ਼ਾਲ ਤੋਂ ਸੂਟਸ ਤੱਕ ਗੱਲ ਪਹੁੰਚ ਗਈ ਆ, ਤੇ ਇਹਨਾਂ ਨੇ ਹੁਣ ਸੂਟਸ ਖਰੀਦਣੇ ਆ। ਇਹ 2 ਪੀਸ ਆ? ਇਹ 3 ਪੀਸ ਆ। ਪਹਿਲਾਂ ਸ਼ਾਲ ਦੇਖਦੇ ਪਏ ਸੀਗੇ। ਅਮਾ ਉਹ ਕਿਉਂ ਕੈਂਸਲ ਕਰ ਦਿੱਤਾ ਸ਼ਾਲ? ਹਾਂ ਕਹਿੰਦੇ ਜਿੰਨੇ ਚ ਕੱਲਾ ਸ਼ਾਲ ਲੈਣਾ ਉਨੇ ਚ ਸੂਟ ਲੈ ਲਓ। ਤੇ ਆਹ ਹੈਗੇ ਜੀ ਆਪਣੀ ਬੋਰਡ ਜਿਹਦੇ ਵਿੱਚ ਆਪਾਂ ਰਹਿ ਰਹੇ ਹਾਂ। ਕੀ ਇਹਦਾ ਨਾਮ ਹੈ? ਨਿਊ ਚੇਜ਼ ਹੈਨਰੀ, ਨਿਊ ਚੇਜ਼ ਹੈਨਰੀ। ਹਾਂ ਇਹਨਾਂ ਦੇ ਵਾਈਫਾਈ ਦਾ ਵੀ ਇਹੀ ਨਾਮ ਆ, ਨਿਊ ਚੇਜ਼ ਹੈਨਰੀ। ਸ਼ੋਪਿੰਗ ਕਰਕੇ ਆਪਾਂ ਦੁਕਾਨ ਦੇ ਵਿੱਚੋਂ ਬਾਹਰ ਆ ਗਏ ਹਾਂ। ਪਿੱਛੇ ਜਿਹੜੀ ਤੁਸੀਂ ਦੇਖੀ ਆ ਉਹ ਆਪਣੀ ਬੋਰਡ ਸੀਗੀ ਜੀ, ਨਿਊ ਚੇਜ਼ ਹੈਨਰੀ। ਅਤੇ ਹੁਣ ਭਾਈ ਸਾਹਿਬ ਨੂੰ ਆਪਾਂ ਕਿਹਾ ਵੀ ਸਾਨੂੰ ਸੜਕ 'ਤੇ ਲਾ ਦਿਓ, ਅਤੇ ਉੱਥੋਂ ਆਪਾਂ ਆਪਣੀ ਚੱਕਾਂਗੇ ਜੀ ਕਾਰ। ਕਾਰ 'ਤੇ ਫਿਰ ਘੁੰਮਾਂਗੇ ਦੋ ਤਿੰਨ ਇੱਥੇ। ਕਿਹੜਾ? ਪਰੀ ਹਾਊਸ? ਪਰੀ ਮਹਿਲ ਤੇ ਦੂਜਾ ਹੈਗਾ ਨਿਸ਼ਾਤ ਗਾਰਡਨ, ਇੱਥੇ ਕੁਛ ਉਹ ਦੇਖਾਂਗੇ। ਉਹ 6-7 ਕਿਲੋਮੀਟਰ ਦੂਰ ਆ, ਤੇ ਉਹਦੇ ਲਈ ਆਪਾਂ ਨੂੰ ਗੱਡੀ ਲੈ ਕੇ ਜਾਣੀ ਪੈਣੀ ਆ, ਤੇ ਇੰਜੋਏ ਕਰ ਰਹੇ ਹਾਂ। ਮੈਨੂੰ ਵੀ ਆਸ ਆ ਜਿਹੜਾ ਤੁਸੀਂ ਅੱਜ ਦਾ ਵਲੌਗ ਆ ਇੰਜੋਏ ਕਰਦੇ ਹੋ, ਕਿਉਂਕਿ ਵਿਊਜ਼ ਇੰਨੇ ਸੋਹਣੇ ਆ। ਸ਼ਿਕਾਰਾ ਦੇ ਵਿੱਚ ਰਾਈਡ ਕਰਕੇ ਪੂਰਾ ਮਜ਼ਾ ਆਇਆ। ਹੁਣ ਤੁਸੀਂ ਆਨੰਦ ਲਓ ਇਸ ਵਿਊ ਦਾ। ਇੱਧਰਲੀ ਸਾਈਡ ਬਿਨਾਂ ਪੱਤਿਆਂ ਤੋਂ ਦਰਖਤ ਆ ਜਿਹੜੇ ਕਿ ਸੋਹਣੇ ਲੱਗਦੇ ਪਏ ਆ ਮੈਨੂੰ, ਤੇ ਇੱਧਰਲੇ ਪਾਸੇ ਡੱਲ ਲੇਕ ਆ, ਤੇ ਰੋਡ ਵੀ ਬਿਲਕੁਲ ਸਾਫ ਸੁਥਰੀਆਂ ਆ ਇੱਥੇ। ਮੈਂ ਦੇਖਿਆ, ਮੈਂ ਕਿਹਾ ਤੁਹਾਨੂੰ ਕਾਰ ਦੇ ਵਿੱਚੋਂ ਵੀ ਨਾ ਵਿਊ ਤੁਹਾਨੂੰ ਦਿਖਾ ਦਵਾਂ ਵੀ ਕਿੱਦਾਂ ਦਾ ਲੱਗਦਾ। ਕੱਲ੍ਹ ਜਦੋਂ ਆਪਾਂ ਐਂਟਰ ਕੀਤੇ ਆ, ਮੀਂਹ ਪੈਂਦਾ ਪਿਆ ਸੀ, ਉਹਦੇ ਵਿੱਚੋਂ ਤਾਂ ਇੰਨੀ ਕੁ ਵਧੀਆ ਉਦੋਂ ਵਾਈਬ ਆਉਂਦੀ ਪਈ ਸੀਗੀ। ਇਸ ਵੇਲੇ ਹੈਗੀ ਆ ਜੀ ਧੁੱਪ, ਤੇ ਧੁੱਪ ਦਾ ਆਪਣਾ ਯਾਨੀ ਖੂਬਸੂਰਤੀ ਆ ਧੁੱਪ ਦੇ ਵਿੱਚ। ਇਸ ਵੇਲੇ ਆ ਗਏ ਹਾਂ ਜੀ ਆਪਾਂ ਕਸ਼ਮੀਰ ਦੀ ਸਭ ਤੋਂ ਸੋਹਣੀ ਜਗ੍ਹਾ 'ਤੇ, ਜਿਹਦਾ ਨਾਮ ਆ ਜੀ ਪਰੀ ਮਹਿਲ। ਗੂਗਲ ਕਰਕੇ ਦੇਖ ਲਿਓ, ਇਹ ਕੋਈ ਪਰੀ ਦਾ ਮਹਿਲ ਆ। ਹੁਣ ਤੁਹਾਨੂੰ ਮੈਂ ਜਿਹੜਾ ਰੋਟੇਟ ਕਰਕੇ ਵਿਊ ਦਿਖਾਉਣਾ ਆ, ਉਹ ਵੀ ਚੈੱਕ ਕਰ ਲਓ। ਇਸ ਵੇਲੇ ਆਪਾਂ ਸਭ ਤੋਂ ਪੀਕ 'ਤੇ ਆ, ਇੱਧਰਲੀ ਸਾਈਡ ਤੋਂ ਪੌੜੀਆਂ ਚੜ੍ਹ ਹੁੰਦੀਆਂ ਆ, ਔਰ ਉੱਥੋਂ ਐਂਟਰੀ ਆ ਆਹ ਵਾਲੀ ਜਗ੍ਹਾ ਤੋਂ। ਇੰਨਾ ਕੁ ਜ਼ਿਆਦਾ ਪਿਆਰਾ ਵਿਊ ਆ, ਇੱਥੋਂ ਥੱਲੇ ਜਾਣ ਨੂੰ ਦਿਲ ਨਹੀਂ ਕਰਦਾ ਪਿਆ। ਪਿਤਾ ਜੀ ਹੁਣੀ ਥੱਲੇ ਵੇਟ ਕਰਦੇ ਵੀ, ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ। ਅੱਛਾ ਇੱਕ ਤੁਹਾਨੂੰ ਮੈਂ ਇੱਥੇ ਚੀਜ਼ ਦੱਸਦਾ, ਉੱਪਰ ਆ ਕੇ ਤਾਂ ਜਿਹੜੀ ਖੂਬਸੂਰਤੀ ਦੇਖੀ ਆਪਾਂ ਦੇਖੀ ਆ, ਪਰ ਜਦੋਂ ਆਪਾਂ ਥੱਲਿਓਂ ਸਟਾਰਟ ਕਰਦੇ ਹਾਂ ਨਾ ਪੀਕ 'ਤੇ ਚੜ੍ਹਨਾ ਵਾਇਆ ਕਾਰ ਦੇ ਵਿੱਚ, ਅਤੇ ਇੰਨੀ ਕੁ ਪਿਆਰੀ ਰੋਡ ਆ, ਇੰਨੀ ਕੁ ਪਿਆਰੀ ਰੋਡ ਆ, ਅਤੇ ਉਹਦੇ ਵੀ ਨਾ ਸ਼ੋਰਟਸ ਤੁਹਾਨੂੰ ਮੈਂ ਥੱਲੇ ਉੱਤਰ ਦੀ ਟਾਈਮ ਦਿਖਾਊਂਗਾ, ਕਿਉਂਕਿ ਬਹੁਤ ਪਤਲੀ ਰੋਡ ਆ, ਆਲੇ ਦੁਆਲੇ ਸਾਰੇ ਦਰਖਤ ਆ, ਔਰ ਬਿਲਕੁਲ ਜਿਹਨੂੰ ਆਪਾਂ ਪੰਜਾਬੀ 'ਚ ਕਹਿੰਦੇ ਕੂਣੀ ਮੋੜ, ਬਹੁਤ ਖਤਰਨਾਕ ਜਿਹਾ, ਅਤੇ ਸੋਹਣਾ ਬਹੁਤ ਆ। ਉਹ ਜਾਂਦੇ ਹੋ ਤੁਹਾਨੂੰ ਸ਼ੋਰਟਸ ਦਿਖਾਊਂਗਾ, ਪਹਿਲਾਂ ਤੁਸੀਂ ਆਹ ਵਾਲਾ ਜਿਹੜਾ ਵਿਊ ਹੈ ਇੰਜੋਏ ਕਰੋ। ਇੱਕ ਵਾਰ ਗਾਰਡਨ ਦੀ ਤੁਸੀਂ ਜਿਹੜੇ ਵਿਊਜ਼ ਹੈਗੇ ਉਹ ਵੀ ਚੰਗੀ ਤਰ੍ਹਾਂ ਦੇਖ ਲਓ। ਸਾਫ਼ ਸਫਾਈ ਤਾਂ ਇੰਨੀ ਕੁ ਆ ਵੀ ਤੁਸੀਂ ਗੱਲੇ ਹੀ ਜਾਣਦੇ ਹੋ ਇੱਥੇ। ਇੱਕ ਵਾਰ ਆਹ ਵਾਲੇ
दरख्त ते निगाह मारो जिदा छतरी बनी होंदी है। बहुत प्यारी मेंटेनेंस बहुत सोहनी की हुई है, बहुत ही प्यारी मेंटेनेंस की हुई है। चलो हूँ आप पिता जी उन्होंने को चलते हैं, उतों भी डिफरेंट व्यू आ, उ जाके फोटोज वगैरह भी खिंचते हैं। सामने है जी अपने घर के गार्डन के, वह भी इधर ही आने लगे फोटोज करा, तो हम तुम इतों भी व्यू चैक करो एक बार। निश्चित गार्डन के एंटर होने लिए रश देख लो, पहला फुल क्राउड आ, बाकी उपर जाके देखते हैं। सो जी इस वेले आप है निश्चित गार्डन के, पहला आप गए थे परी महल, दोनों का जोड़ा थीम कह लो या परपज़ कह लो बिल्कुल डिफरेंट है। वैसे तो वह भी गार्डन है, ये भी गार्डन है, वह सगा बहुत पीक उत्ते जोड़ा परी महल है, ये हैगा जी सिटी के ना। तो वैसे ये भी गार्डन है, तुम एक बार पूरा कैमरा घुमा के ना तस्वीर चंगी तरह दिखा दे, बिल्कुल हरिया भरिया गार्डन आ। ये फाउंटेन्स भी है और ये मैनू लगता भी घट्टो घट ना 500-700 मीटर लंबा आ। सो ये आ जी निश्चित गार्डन, ये डिफरेंट की है, एक सब तो खास गल जी डिफरेंट आ ना वो मेरी बैकसाइड पर, यह है जी चढ़दा पासा, तो हूँ आप आ जाइए लेंदे पासे वाल। आज अस तवीर इधर दिखा दिए इन्हों, तो क्राउड इतने पूरा आ, तुसी देख लो भी ये लेंदा बस आया मेन इतने इस परपज़ लिए आए सारे जने भी, जो इतने सनसैट होगा ना तो डल लेक तो सनसैट का व्यू सब तो बेस्ट आता जी, इतने बह के सारे सनसैट का व्यू इंजॉय करते हैं जी। डल लेक बैक साइड तो निश्चित गार्डन और इधर सनसैट। सो पिता जी नहीं इतने आए है क्योंकि वह थक गए, कहते मैं पौड़ियाँ वगैरह चढ़ के थक गया जी, तो मम्मी भी कार दे ही आप एक बार अपन निगाह मार आने तो ब्लॉग के भी दिखा दिए सनसैट व्यू इतने का सब तो बेस्ट आ जी। सो जी आप निश्चित गार्डन में एग्जिट कर लिया है क्योंकि उत्थे क्राउड बहुत ज़्यादा वध गया सीगा, हुण सनसैट का जिहड़ा टाइम आ लागे आ गया घंटे तक जिहड़ा सूरज आ छिप जाना आ, तो आप भी हुण आप खाइए पीए क्योंकि भुख बहुत लगी। लो जी वापसी अपने कॉटेज दे विच या बोट हाउस दे विच कह लो, आ सारे बैठे है जी इस वेले थोड़े जे मरझाए इस करके क्योंकि सवेर दे चले हुए तो ठक हो गया जी। ओके रफीक साहब बहुत बहुत आपका धन्यवाद, आपकी बोलबानी बड़ी अच्छी है, आपसे मिलकर हमें आनंद आया। ठीक है जी, तो पंजाबी सत श्री अकाल, वाहेगुरु जी का खालसा वाहेगुरू जी की फतेह। सो जी ये सके अपने रफीक साहब, इन्नी प्यारा बंदा सगा ना, बहुत वधिया बोलबाणी, तो इत्थे दे जिन्ने भी लोग हैगे आ कश्मीर दे बहुत ही वधिया उन्हां दा बिहेवियर आ, तो आपां इंजॉय भी बहुत किया। कश्मीर बहुत सोहना, बहुत ही ज़्यादा सोहना, तो हर शहर की मनाली शिमला हर पासे दी पंजाब हरियाणा जिन्नियां भी स्टेट्स हैगियां सारिआं दा डिफरेंट सवाद आ, डिफरेंट सोहने सोहने लगदे मीनस सवाद पंजाबी भाषा च कह दिंदे आ, पर इत्थे दे लोग भी बहुत चंगे आ। तो अज्ज व्लॉग नूं हुण आपां इत्थे समाप्त करदे हां, थक बहुत हो गया बहुत ज़्यादा, पिछे मेरे कॉटेज हैगी आ बहुत ज़्यादा थक हो गया, मिलते हुण नैक्सट वीडियो दे विच। आल साडी लास्ट डे आ, कलूं आपां सवेरे निकलना या लेह नूं या गुलमर्ग नूं, गुलमर्ग आ तो वह भी बहुत सोहना आ, हुण अंदर जाके प्रोग्राम बनावांगे। तो अज्ज दे व्लॉग दे विच तुहानूं कुछ भी चंगा मंदा कुछ भी लगेगा ना वो कमेंट करके जरूर दस्यो। ठीक है जी, तो मिलते हुण नैक्सट वीडियो विच, अज्ज लई रब रखा, वाहेगुरू जी का खालसा वाहेगुरू जी की फतेह।